ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਿਹੜਾ ਹੁਣ ਦਾ ਵਿਸ਼ਾ ਹੈ, ਇਹ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਤਮਾ ਦੀ ਸਰਵ ਵਿਆਪਕਤਾ, ਜਿਸ ਨੂੰ ਅਸੀਂ ਨਿਰਗੁਣ ਔਰ ਸਰਗੁਣ ਕਹਿੰਦੇ ਹਾਂ, ਔਰ ਬੜੀ ਖੂਬਸੂਰਤ ਗੁਰਬਾਣੀ ਦਾ ਇਸ ਲੈਕਚਰ ਦੇ ਵਿੱਚ ਜਿਹੜਾ ਅਸੀਂ ਸਿਲੇਬਸ ਬਣਾਇਆ, ਉਹਦੇ ਵਿੱਚ ਅਸੀਂ ਗੁਰਬਾਣੀ ਦੀ ਇੱਕ ਲਾਈਨ ਵੀ ਲਿਖੀ ਹੈ, ਇਸ ਵਿਸ਼ੇ ਨਾਲ ਸੰਬੰਧਿਤ, ਕਿ ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਇਹ ਵਿਸ਼ਾ ਜਦੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਤੇ ਸਭ ਤੋਂ ਪਹਿਲਾਂ ਇਹ ਦੇਖਣਾ ਕਿ ਪਰਮਾਤਮਾ ਸੰਬੰਧੀ ਜਿਹੜੇ ਵਿਚਾਰ ਅਸੀਂ ਕਰਨੇ ਹੁਣ, ਪਰ ਸਵਾਲ ਇਹ ਹੈ ਕਿ ਪਰਮਾਤਮਾ ਕੀ ਹੈ? ਉਸ ਆਲ ਪੁਰਖ ਦੀ ਜਿਹੜੀ ਹਸਤੀ ਹੈ, ਉਸਨੂੰ ਸਿੱਧ ਕਰਨ ਲਈ ਸਾਡੇ ਕੋਲ ਕਿਹੜੇ ਸਬੂਤ ਨੇ? ਔਰ ਅਲੱਗ ਅਲੱਗ ਧਰਮਾਂ ਵਿੱਚ ਪਰਮਾਤਮਾ ਨੂੰ ਅਲੱਗ ਅਲੱਗ ਤਰ੍ਹਾਂ ਜਿਹੜਾ ਉਹ ਇੰਟਰਪ੍ਰੇਟ ਕੀਤਾ ਗਿਆ ਹੈ, ਪਰ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਪਰਮਾਤਮਾ ਬਾਰੇ ਅਲੱਗ ਅਲੱਗ ਵਿਚਾਰ ਸੀ, ਵੱਖਰੇ ਵੱਖਰੇ ਖਿਆਲ ਪ੍ਰਚਲਿਤ ਸਨ। ਇੱਕ ਪਾਸੇ ਉਹ ਵਿਦਵਾਨ ਸੀ, ਉਹ ਵਿਚਾਰਵਾਨ ਸਨ ਜਿਹੜੇ ਪਰਮਾਤਮਾ ਨੂੰ ਇੱਕ ਵੱਖਰੀ ਹਸਤੀ ਮੰਨਦੇ ਸਨ, ਔਰ ਅੱਜ ਵੀ ਭਾਵੇਂ ਉਸਦਾ ਜਿਹੜਾ ਥੋੜ੍ਹਾ ਥੋੜ੍ਹਾ ਅਸੀਂ ਕਈ ਵਾਰੀ ਦੇਖਦੇ ਹਾਂ, ਜਦੋਂ ਇੱਕ ਪਰਮਾਤਮਾ ਦੀ ਗੱਲ ਕਰਦੇ ਹਾਂ, ਅਸੀਂ ਇਸ ਤਰ੍ਹਾਂ ਉੱਤੇ ਦੇਖ ਲੈਂਦੇ ਹਾਂ ਜਿਵੇਂ ਅਸਮਾਨ ਦੇ ਵਿੱਚ ਪਰਮਾਤਮਾ। ਮੈਨੂੰ ਯਾਦ ਹੈ ਇੱਕ ਬੜੇ ਦਿੱਲੀ ਯੂਨੀਵਰਸਿਟੀ ਦੇ ਵਿਦਵਾਨ ਨੇ ਇਹ ਗੱਲ ਕਹੀ ਕਿ ਪਰਮਾਤਮਾ ਆਮ ਤੌਰ 'ਤੇ ਅਸੀਂ ਲੋਕ ਕਹਿੰਦੇ ਕਿ ਪਰਮਾਤਮਾ ਉੱਤੇ ਹੈ, ਅਸਮਾਨ ਵਿੱਚ ਹੈ, ਲੇਕਿਨ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਹੈ ਪਰਮਾਤਮਾ ਬਾਰੇ, ਜਦੋਂ ਖੋਜਤ ਖੋਜਤ ਘੱਟ ਘੱਟ ਵੇਖਿਆ ਗੁਰੂ ਗ੍ਰੰਥ ਸਾਹਿਬ ਦੀ, ਮੈਂ ਗੁਰਬਾਣੀ ਦੀ ਲਾਈਨ ਕਹੀ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਬੰਦੇ ਬੰਦੇ ਵਿੱਚ ਰੱਬ ਹੈ, ਪੂਰੀ ਕੁਦਰਤ ਵਿੱਚ ਰੱਬ ਹੈ। ਅਤੇ ਉਹ ਵਿਦਵਾਨ ਲੇਡੀ ਵਿਦਵਾਨ ਸੀ, ਉਹ ਕਹਿਣ ਲੱਗੀ ਕਿ ਗੁਰੂ ਨਾਨਕ ਸਾਹਿਬ ਨੇ ਬੜੀ ਕਮਾਲ ਕੀਤੀ ਕਿ ਉਹਨਾਂ ਦੇ ਆਉਣ ਤੋਂ ਪਹਿਲੇ ਇਹ ਮਿੱਥ ਸੀ ਕਿ ਪਰਮਾਤਮਾ ਅਸਮਾਨ ਤੇ, ਗੁਰੂ ਨਾਨਕ ਸਾਹਿਬ ਨੇ ਉਸ ਪਰਮਾਤਮਾ ਨੂੰ ਅਸਮਾਨ ਤੋਂ ਪਕੜ ਕੇ ਧਰਤੀ 'ਤੇ ਲਿਆਂਦਾ।
crux of the JD philosophy Paramatma Bare. Philosophy ke Paramatma Nirgun bhi hai, agam hai, agochar hai. Jis tak padhna physically pahunchna bada mushkil hai. Shaktiman hai, karta dharta hai sara, par ae pahunch hai. O nirgun swarup hai Paramatma da. Par jada sarab sarvvyapak hai, jedi gal karya khojat khojat ghat ghat dekhya. Us to bhaave ke ghat ghat vasda hai, yani sargun hai, bande bande vasda hai, jinni main kal vishayat gal kar raha si, jo kudrat hai, jinne parinde ne, pashu ne, pakshi ne, eh sari banaspati hai, ya puri munukta hai, eh sari rab di life form hai. ਇਸ ਪਰਮਾਤਮਾ ਦੀ ਲਾਈਫ ਫਾਰਮ ਹੈ ਔਰ ਜਿੰਨੀ ਕੁਦਰਤ ਹੈ ਇਹ ਸਾਰੇ ਉਸ ਡਿਵਾਈਨ ਲਾ ਦੇ ਵਿੱਚ ਚੱਲ ਰਹੇ ਨੇ ਤੋ ਇਹ ਅੱਜ ਦਾ ਸਾਡਾ ਟੌਪਿਕ ਹੈ ਕਿ ਪਰਮਾਤਮਾ ਦੀ ਸਰਵਵਿਆਪਕਤਾ ਦੀ ਜਿਹੜੀ ਗੱਲ ਹੈ ਕਿ ਰੱਬ ਸਰਵਵਿਆਪਕ ਹੈ ਉਸ ਦਾ ਨਾਮ ਹੋਂਦ ਵਾਲਾ ਹੈ ਜਿਹੜਾ ਮੂਲ ਮੰਤਰ ਕੱਲ ਮੈਂ ਗੱਲ ਕਰ ਰਿਹਾ ਸੀ ਦ ਡੈਫੀਨੇਸ਼ਨ ਆਫ ਗੋਡ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਉਹ ਆਪ ਸ੍ਰਿਸ਼ਟੀ ਵਿੱਚ ਜਿਹੜਾ ਉਹ ਉਸ ਨੂੰ ਰਚ ਰਿਹਾ ਔਰ ਉਸ ਦੇ ਵਿੱਚ ਹੀ ਹੈ ਉਹ ਪੈਰ ਰਹਿਤਾ ਵੈਰ ਰਹਿਤਾ ਨਾਸ਼ ਰਹਿਤਾ ਜੁਨਾ ਵਿੱਚ ਨਹੀਂ ਆਉਂਦਾ ਉਸਦਾ ਪ੍ਰਕਾਸ਼ ਆਪਣੇ ਆਪ ਹੋਇਆ ਇਹ ਰੱਬ ਦੀ ਡੈਫੀਨੇਸ਼ਨ ਹੈ ਲੇਕਿਨ ਜਿਹੜੀ ਰੱਬ ਦੀ ਗੁਰੂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਹੈ ਪਰਮਾਤਮਾ ਬਾਰੇ ਨਿਰਗੁਣ ਔਰ ਸਰਗੁਣ ਉਸ ਬਾਰੇ ਜਿਹੜੀ ਅੱਜ ਅਸੀਂ ਹੁਣ ਗੱਲ ਇਸ ਵਿਸ਼ੇ 'ਤੇ ਕਰਨੀ ਹੈ ਉਹ ਪ੍ਰਕਾਸ਼ ਭਾਈ ਪ੍ਰਕਾਸ਼ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਸਨਮਾਨਯੋਗ ਸਾਰੇ ਹੀ ਸਰੋਤਾਜਨ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਵਿਸ਼ੇ 'ਤੇ ਗੱਲ ਕਰਨ ਲੱਗੇ ਹਾਂ ਸਤਿਕਾਰਯੋਗ ਚੇਅਰਮੈਨ ਸਾਹਿਬ ਜੀ ਨੇ ਆਪ ਜੀ ਨੂੰ ਉਹ ਵਿਸ਼ੇ ਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਹੈ ਗੁਰਬਾਣੀ ਦੇ ਅੰਦਰ ਜੋ ਨਿਰਗੁਣ ਅਤੇ ਸਰਗੁਣ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਉਹ ਰੱਬੀ ਭਗਤਾਂ ਨੇ ਰੱਬੀ ਕਵੀਆਂ ਨੇ ਜਿਨ੍ਹਾਂ ਨੇ ਆਪ ਅਕਾਲ ਪੁਰਖ ਦੇ ਨਾਲ ਇੱਕ ਮਿਕਤਾ ਪਰਮਾਤਮਾ ਦੇ ਨਾਲ
ਕੀਤੀ ਤੇ ਫਿਰ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬਿਆਨ ਕੀਤਾ ਕਿ ਰੱਬ ਹੈ ਕੀ, ਪਰਮਾਤਮਾ ਹੈ ਕੀ। ਜਿਸ ਤਰ੍ਹਾਂ ਸਤਿਕਾਰ ਯੋਗ ਚੇਅਰਮੈਨ ਸਾਹਿਬ ਜੀ ਦੱਸ ਰਹੇ ਸਨ, ਇਹ ਖਿਆਲ ਪਹਿਲਾਂ ਪ੍ਰਚਲਿਤ ਹੋ ਚੁੱਕੇ ਸਨ ਜਾਂ ਕਈ ਧਾਰਮਿਕ ਆਗੂਆਂ ਨੇ ਜਾਂ ਉਹਨਾਂ ਦੇ ਆਪਣੀ ਆਪਣੀ ਇਹ ਸੋਚ ਹੈ ਕਿ ਇੱਕ ਦਿਨ ਪਰਮਾਤਮਾ ਨੇ ਕੁਦਰਤ ਬਣਾਈ, ਧਰਤੀ ਬਣਾਈ, ਫਿਰ ਜੀਵ ਜੰਤੂ ਬਣਾਏ, ਫਿਰ ਬਨਸਪਤੀ ਬਣਾਈ, ਫਿਰ ਉਹਨੇ ਇਨਸਾਨ ਬਣਾਇਆ, ਫਿਰ ਇਸ ਤਰ੍ਹਾਂ ਖਿਆਲ ਪ੍ਰਚਲਿਤ ਤੇ ਫਿਰ ਸਭ ਕੁਛ ਬਣਾ ਕੇ ਉਹ ਆਪ ਸੱਤਵੇਂ ਅਸਮਾਨ ਉੱਤੇ ਜਾ ਕੇ ਆਰਾਮ ਕਰਨ ਵਾਸਤੇ ਬੈਠ ਗਿਆ। ਇਹ ਖਿਆਲ ਜਦੋਂ ਦੁਨੀਆਂ ਦੇ ਅੰਦਰ ਪ੍ਰਚਲਿਤ ਹੋਏ, ਇਹੀ ਕਾਰਨ ਸੀ ਕਿ ਜਦੋਂ ਅੱਜ ਰੱਬ ਦੀ ਗੱਲ ਹੁੰਦੀ ਹੈ ਤੇ ਹਰ ਕੋਈ ਉੱਪਰ ਨੂੰ ਵੇਖਦਾ। ਅੱਜ ਇਹਨਾਂ ਦਿਨਾਂ ਵਿੱਚ ਜਦੋਂ ਮੀਂਹ ਨਹੀਂ ਪੈਂਦਾ ਤੇ ਲੋਕ ਉੱਪਰ ਨੂੰ ਵੇਖ ਕੇ ਤੇ ਅਰਦਾਸਾਂ ਕਰਦੇ ਨੇ ਕਿ ਸ਼ਾਇਦ ਉੱਪਰ ਰੱਬ ਬੈਠਾ ਹੈ, ਤੇ ਉਹਦੇ ਅੱਗੇ ਬੇਨਤੀ ਕਰੀਏ ਵੀ ਮੀਂਹ ਪਾ ਦੇਵੇ। ਤਾਂ ਮਨ ਵਿੱਚ ਅੱਜ ਵੀ ਖਿਆਲ ਹੈ, ਅਸਲ ਵਿੱਚ ਉੱਪਰ ਦਾ ਮਤਲਬ ਕੁਝ ਹੋਰ ਸੀ ਕਿ ਰੱਬ ਉੱਪਰ ਹੈ, ਉਹਦਾ ਮਤਲਬ ਸੀ ਪਰਮਾਤਮਾ ਉੱਚਾ ਹੈ ਸਾਰਿਆਂ ਤੋਂ, ਪਰਮਾਤਮਾ ਵੱਡਾ, ਉਹਦੀ ਹਸਤੀ ਹੈ ਸਾਰਿਆਂ ਦੇ ਵਿੱਚ ਹੈ, ਪਰ ਉਹਦੀ ਹਸਤੀ, ਉਹਦੀ ਹੋਂਦ ਸਾਰਿਆਂ ਤੋਂ ਨਿਆਰੀ ਹੈ, ਸਾਰਿਆਂ ਤੋਂ ਵੱਖਰੀ, ਸਾਰਿਆਂ ਤੋਂ ਉੱਚੀ ਹੈ, ਮਤਲਬ ਇਹ ਸੀ ਉਹਦਾ। ਜਿਹੜਾ ਗੁਰੂ ਸਾਹਿਬ ਜੀ ਨੇ ਇਹ ਬਿਆਨ ਕੀਤਾ ਬਾਣੀ ਦੇ ਅੰਦਰ, ਮੈਂ ਯਤਨ ਕਰਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਸ਼ਬਦ ਹਨ ਇਸ ਸੰਬੰਧ ਦੇ ਵਿੱਚ ਜੋ ਆਪ ਜੀ ਨਾਲ ਸਾਂਝੇ ਕਰਾਂ। ਪਹਿਲਾਂ ਹੈ ਨਿਰਗੁਣ, ਜਿਹੜਾ ਸਰੂਪ ਹੈ, ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਨਿਰਗੁਣ ਤੋਂ ਹੀ ਸਰਗੁਣ ਬਣਿਆ, ਨਿਰਗੁਣ ਪਰਮੇਸ਼ਰ ਆਪ ਤੇ ਆਪ ਹੀ ਨਿਰਗੁਣ ਤੋਂ ਫਿਰ ਸਰਗੁਣ ਬਣਿਆ। ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਬਚਨ ਕੀਤੇ ਹਨ ਕਿ ਇਹ ਜਿਹੜਾ ਸੰਸਾਰ ਹੈ, ਜਿਹੜਾ ਸਾਨੂੰ ਦਿਸ ਰਿਹਾ ਹੈ, ਸਰਗੁਣ ਹੈ, ਪਰ ਦਿਸਦੇ ਦੇ ਅੰਦਰ ਜਿਹੜਾ ਆਪ ਸਭ ਕੁਛ ਕਰਨ ਕਾਰਨ ਸਮਰੱਥ ਨਿਰਗੁਣ ਹੈ। ਇਉਂ ਕਹਿ ਲਓ ਫੁੱਲ ਕੋਈ ਵੀ ਕਿਸੇ ਪੌਦੇ ਨਾਲ ਲੱਗਿਆ ਸਾਨੂੰ ਨਜ਼ਰ ਆ ਰਿਹਾ, ਸਾਡੀਆਂ ਅੱਖਾਂ ਦੇਖ ਰਹੀਆਂ ਨੇ ਉਹਨੂੰ, ਜਿਹਨੂੰ ਜਿਹੜੀ ਪੰਕਤੀ ਅੱਜ ਆਪਣੇ ਇਸ ਵਿੱਚ ਇਹ ਵਿਚਾਰ ਦਾ ਆਧਾਰ ਹੈ ਕਿ ਅਗੰਮ ਅਗੋਚਰ ਰੂਪ ਨਾਲ ਦੇਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ। ਅਗੰਮ ਅਗੋਚਰ ਜਿਹੜੇ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ, ਸਰੀਰ ਕਿਉਂਕਿ ਜਿਹੜੀ ਦੁਨਿਆਵੀ ਚੀਜ਼ਾਂ ਨੇ ਸਿਰਫ ਅਸੀਂ ਇੰਦਰੀਆਂ ਤੱਕ ਉਹਨਾਂ ਨੂੰ ਵੇਖ ਸਕਦੇ ਹਾਂ, ਕਿਸੇ ਨੂੰ ਸਪਰਸ਼ ਕਰਕੇ ਅਹਿਸਾਸ ਕਰ ਸਕਦੇ ਹਾਂ, ਇਹ ਚੀਜ਼ ਠੰਡੀ ਇੱਕ ਗਰਮ ਹੈ, ਇਹਦਾ ਰੰਗ ਰੂਪ ਕਿਹੋ ਜਿਹਾ, ਅਤੇ
ਪਰਮੇਸ਼ਰ ਨੂੰ ਇਸ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਉਹਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਆਪ ਹੀ ਉਹ ਨਿਰਗੁਣ ਤੋਂ ਸਰਗੁਣ ਬਣਿਆ। ਮੈਂ ਬੇਨਤੀ ਕਰ ਰਿਹਾ, ਜਿਹੜਾ ਇੱਕ ਫੁੱਲ ਹੈ ਉਹ ਹੁਣ ਸਰਗੁਣ ਸਾਡੀਆਂ ਅੱਖਾਂ ਉਹਦਾ ਰੂਪ ਦੇਖ ਸਕਦੀਆਂ ਨੇ, ਉਹਦੀਆਂ ਪੰਖੜੀਆਂ ਦੇਖ ਸਕਦੀਆਂ ਨੇ, ਉਹਦਾ ਆਕਾਰ ਦਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿੰਨਾ ਕੁ ਆਕਾਰ ਹੋਵੇਗਾ, ਕਿੰਨਾ ਕੁ ਵਜ਼ਨ ਹੋਵੇਗਾ, ਪਰ ਉਹਦੀ ਖੁਸ਼ਬੂ ਨਹੀਂ ਦੇਖ ਸਕਦੀਆਂ। ਫੁੱਲ ਸਰਗੁਣ ਹੈ ਪਰ ਅੰਦਰ ਜਿਹੜੀ ਉਹਦੀ ਖੁਸ਼ਬੂ ਹੈ, ਉਹਦੇ ਅੰਦਰ ਜਿਹੜੀ ਮਹਿਕ ਹੈ ਉਹ ਨਿਰਗੁਣ ਹੈ। ਇਸੇ ਤਰ੍ਹਾਂ ਪੂਰੀ ਦੁਨੀਆਂ ਮਨ ਇੱਕ ਫੁੱਲ ਦੀ ਨਿਆਈ ਹੈ, ਜੀਵ ਸਾਰੇ ਫੁੱਲ ਦੀ ਨਿਆਈ ਦੀ, ਪਰ ਜਿਹੜੀ ਅੰਦਰ ਮਹਿਕ ਹੈ ਜਿਹੜੀ ਅੰਦਰ ਵਰਤਾਰਾ ਸਾਰਾ ਵਰਤਰਿਆ ਗੁਰੂ ਸਾਹਿਬ ਕਹਿੰਦੇ ਨੇ ਉਹ ਪਰਮੇਸ਼ਰ ਆਪ ਉਹ ਨਿਰਗੁਣ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਬੜੇ ਸੁੰਦਰ ਬਚਨ ਕਹੇ, ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿਣ ਲੱਗੇ ਜਿਸ ਵੇਲੇ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਂਦਾ। ਉਹ ਵਕਤ ਜਿਹਨੂੰ ਅਸੀਂ ਕਿਸੇ ਸਮੇਂ ਦੇ ਵਿੱਚ ਬੰਨ ਹੀ ਨਹੀਂ ਸਕਦੇ, ਅਰਬਦ ਨਰਬਦ ਦਾ ਅਰਥ ਹੈ ਜਿਹਨੂੰ ਕਿਸੇ ਸਮੇਂ ਵਿੱਚ ਬੰਨੇ ਨਹੀਂ ਜਾ ਸਕੇ। ਅਰਬਦ ਸ਼ਬਦ ਵਰਤਣਾ ਵੀ ਜਿਹਦੇ ਵਾਸਤੇ ਸੰਭਵ ਨਹੀਂ ਹੈ, ਭਾਵ ਦੁਨੀਆਂ ਦੀ ਹੋਂਦ ਤੋਂ ਪਹਿਲੇ ਜਦੋਂ ਤੇ ਬ੍ਰਹਿਮੰਡ ਬਣੇ ਉਸ ਤੋਂ ਪਹਿਲੇ ਜਦੋਂ ਧੁੰਦੂ ਕਾਰੀ ਸੀ, ਜਦੋਂ ਕੁਝ ਵੀ ਨਹੀਂ ਸੀ ਹੈਗਾ, ਗੁਰੂ ਸਾਹਿਬ ਕਹਿੰਦੇ ਨੇ ਉਦੋਂ ਨਿਰਗੁਣ ਰੂਪ ਦੇ ਵਿੱਚ ਪਰਮੇਸ਼ਰ ਆਪ ਮੌਜੂਦ ਸੀ, ਸੁਣ ਸਮਾਧੀ ਦੇ ਵਿੱਚ ਮੌਜੂਦ ਸੀ। ਫਿਰ ਉਹਦੇ ਅੰਦਰ ਇੱਕ ਫੁਰਨਾ ਫੁਰਿਆ, ਇਹ ਜਿਹੜਾ ਹੁਣ ਫੁਰਨਾ ਹੈ ਉਹ ਨਿਰਗੁਣ ਹੈ। ਫੁਰਨੇ ਤੋਂ ਫੁਰਨਾ ਜਦੋਂ ਸਾਕਾਰ ਰੂਪ ਲੈਂਦਾ ਹੈ, ਇੱਕ ਕਿਸੇ ਬੰਦੇ ਦੇ ਅੰਦਰ ਫੁਰਨਾ ਫੁਰਿਆ, ਖਾਲੀ ਪਲੋਟ ਪਿਆ ਹੈ, ਖਾਲੀ ਜਗ੍ਹਾ ਪਈ ਹੈ, ਬੰਦੇ ਦੇ ਅੰਦਰ ਫੁਰਨਾ ਆਇਆ ਕਿ ਇੱਥੇ ਕੋਠੀ ਬਣਨੀ ਚਾਹੀਦੀ, ਇੱਥੇ ਘਰ ਬਣ ਜਾਣਾ ਚਾਹੀਦਾ। ਫੁਰਨਾ ਇੱਕ ਉਹਨੂੰ ਸਮਝ ਲਏ ਕਿ ਇੱਕ ਨਿਰਗੁਣ ਅੰਦਰ ਇੱਕ ਵਿਚਾਰ ਪੈਦਾ ਹੋਈ, ਪਰ ਹੁਣ ਫੁਰਨੇ ਨੇ ਉਸ ਦੇ ਨਾਲ ਅੰਦਰ ਸੰਕਲਪ ਪੈਦਾ ਹੋਇਆ ਅਤੇ ਉਸ ਸੰਕਲਪ ਨੂੰ ਲੈ ਕੇ ਅੱਗੇ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਇੱਟਾਂ ਆ ਗਈਆਂ, ਸੀਮਿੰਟ ਆ ਗਿਆ, ਸਰੀਆ ਆ ਗਿਆ, ਰੇਤ ਆ ਗਈ, ਸਾਰਾ ਕੁਛ ਬਿਲਡਿੰਗ ਮਜ਼ਦੂਰ ਲੱਗ ਗਏ, ਮਿਸਤਰੀ ਲੱਗ ਗਏ ਬਿਲਡਿੰਗ ਉੱਥੇ। ਹੁਣ ਬਿਲਡਿੰਗ ਨੇ ਸਾਕਾਰ ਰੂਪ ਧਾਰਨ ਕਰ ਲਿਆ, ਉਹ ਸਰਗੁਣ ਬਣ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਆ ਦੁਨੀਆਂ ਨਹੀਂ ਸੀ ਹੈਗੀ, ਪਰਮੇਸ਼ਰ ਨਿਰਗੁਣ ਰੂਪ ਵਿੱਚ ਉਦੋਂ ਵੀ ਇਸ ਦੁਨੀਆਂ 'ਤੇ ਮੌਜੂਦ ਸੀ ਅਤੇ ਉਹਦੇ ਅੰਦਰ ਇੱਕ
ਜੋੜਿਆ ਤੇ ਉਹ ਸਰਗੁਣ ਬਣ ਗਿਆ। ਤੇ ਇਹ ਜਿਹੜਾ ਹੁਣ ਸਾਨੂੰ ਦਿਸਦਾ ਸੰਸਾਰ ਨਜ਼ਰ ਆ ਰਹੀ ਹੈ, ਹੁਣ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪ ਹੀ ਸਰਗੁਣ ਤੇ ਨਿਰਗੁਣ ਥੀਆ, ਸਰਗੁਣ ਤੋਂ ਨਿਰਗੁਣ ਤੋਂ ਸਰਗੁਣ ਥੀਆ। ਆਪ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਹੁਣ ਇਹ ਜਿਹੜੀਆਂ ਗੱਲਾਂ ਆਪਾਂ ਅਕਸਰ ਦੁਨੀਆਂ ਦੇ ਅੰਦਰ ਪੜ੍ਹਦੇ ਤੇ ਹਾਂ, ਸਤਿਗੁਰ ਨੇ ਬਾਣੀ ਵਿੱਚ ਜਿਹੜੇ ਬਚਨ ਕੀਤੇ, ਕਹਿਣ ਲੱਗੇ ਵੀ ਜਦੋਂ ਉਹਨਾਂ ਨੇ ਇੱਕ ਬੜੀ ਸੁੰਦਰ ਉਦਾਹਰਣ ਬਾਜ਼ੀ ਕਰਦੀ, ਪੁਰਾਣੇ ਸਮਿਆਂ ਦੇ ਵਿੱਚ ਬਾਜ਼ੀਗਰ ਹੁੰਦੇ ਸਨ ਜਿਹੜੇ ਲੋਕਾਂ ਦਾ ਮਨੋਰੰਜਨ ਕਰਦੇ ਸਨ। ਅੱਜ ਬਾਜ਼ੀਗਰਾਂ ਦੀ ਜਗ੍ਹਾ 'ਤੇ ਆਪਾਂ ਸਿਨੇਮਾ ਜਾਂ ਸੀਰੀਅਲ ਜਾਂ ਟੀਵੀ। ਹੁਣ ਗੁਰੂ ਸਾਹਿਬ ਕਹਿੰਦੇ ਨੇ ਇੱਕ ਬਾਜ਼ੀਗਰ ਦਾ ਕਿਰਦਾਰ ਪਰਮਾਤਮਾ ਨੂੰ ਬਾਜ਼ੀਗਰ ਨਾਲ ਤੁਲਨਾ ਦਿੱਤੀ। ਕਹਿ ਲੱਗੇ ਇੱਕ ਬਾਜ਼ੀਗਰ ਆਇਆ ਤੇ ਉਹਨੇ ਇੱਕ ਬਾਜ਼ੀ ਪਾਈ, ਉਹਨੇ ਦੁਨੀਆਂ ਦੇ ਸਾਹਮਣੇ ਇੱਕ ਕਿਸੇ ਚੌਂਕ ਦੇ ਵਿੱਚ ਜਾ ਕੇ ਤੇ ਉਹਨੇ ਇੱਕ ਖੇਡ ਇੱਕ ਤਮਾਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖ ਲਾਈ, ਆਪਣੇ ਕਈ ਤਰ੍ਹਾਂ ਦੇ, ਕਦੇ ਉਹ ਭਿਖਾਰੀ ਬਣ ਕੇ ਆ ਗਿਆ, ਕਦੇ ਰਾਜਾ ਬਣ ਕੇ ਆ ਗਿਆ, ਕਦੇ ਚੌਂਕੀਦਾਰ ਬਣ ਕੇ ਆ ਗਿਆ। ਹੁਣ ਬੰਦਾ ਇੱਕ ਸੀ ਪਰ ਉਹ ਕਈ ਤਰ੍ਹਾਂ ਦੇ ਕਿਰਦਾਰ ਪੇਸ਼ ਕਰ ਰਿਹਾ। ਆਪਾਂ ਕਿਸੇ ਸੀਰੀਅਲ ਦੇ ਵਿੱਚ ਵੇਖਦੇ ਹਾਂ, ਕਿਸੇ ਫਿਲਮ ਦੇ ਵਿੱਚ ਵੇਖਦੇ ਹਾਂ, ਬੰਦਾ ਇੱਕ ਹੈ ਪਰ ਕਿਸੇ ਫਿਲਮ ਦੇ ਵਿੱਚ ਉਹ ਹੀਰੋ ਬਣਿਆ ਹੋਇਆ, ਬੜੇ ਚੰਗੇ ਕੰਮ ਕਰ ਰਿਹਾ, ਲੋਕਾਂ ਦਾ ਭਲਾ ਕਰ ਰਿਹਾ, ਬੁਰਾਈਆਂ ਦੇ ਖਿਲਾਫ ਲੜ ਰਿਹਾ, ਪਰ ਕਿਸੇ ਦੂਜੀ ਥਾਂ 'ਤੇ ਉਹਨੂੰ ਹੋਰ ਕਿਰਦਾਰ ਮਿਲਦਾ ਹੈ। ਹੁਣ ਕਿਸੇ ਉਸ ਕਿਰਦਾਰ ਵਿੱਚ ਆ ਕੇ ਉਹ ਗੁੰਡਾਗਰਦੀ ਕਰ ਰਿਹਾ, ਉੱਥੇ ਆ ਕੇ ਬੁਰਾਈਆਂ ਕਰ ਰਿਹਾ, ਉੱਥੇ ਆ ਕੇ ਬੁਰੇ ਕੰਮ ਕਰ ਰਿਹਾ। ਬੰਦਾ ਇੱਕ ਹੈ ਪਰ ਉਹਦੇ ਕਿਰਦਾਰ ਅਲੱਗ ਅਲੱਗ ਹੈਗੇ ਨੇ। ਗੁਰੂ ਪਾਤਸ਼ਾਹ ਕਹਿਣ ਲੱਗੇ ਦੁਨੀਆਂ ਨੂੰ ਖੂਬਸੂਰਤ ਬਣਾਉਣ ਵਾਸਤੇ, ਕਿਉਂਕਿ ਹਰ ਤਰ੍ਹਾਂ ਦਾ ਜੀਵ ਪਰਮਾਤਮਾ ਨੇ ਪੈਦਾ ਕੀਤਾ, ਪਰ ਇਹ ਨਹੀਂ ਕਿ ਦੁਨੀਆਂ ਪਰਮਾਤਮਾ ਤੋਂ ਵੱਖਰੀ ਹੈ। ਉਹਨੇ ਹਰ ਤਰ੍ਹਾਂ ਦਾ ਕਿਰਦਾਰ ਆਪ ਇਸ ਦੁਨੀਆਂ ਦੇ ਅੰਦਰ ਬਣਾਇਆ ਹੈ ਤਾਂ ਕਿ ਦੁਨੀਆਂ ਖੂਬਸੂਰਤ ਬਣ ਸਕੇ, ਤਾਂ ਆਪ ਸਾਰਾ ਕੁਝ। ਤਾਂ ਗੁਰੂ ਸਾਹਿਬ ਕਹਿੰਦੇ ਨੇ ਆਪਣ ਖੇਲ ਆਪ ਵਰਤੀਜਾ ਨਾਨਕ, ਕਰਨੇ ਹਾਰ ਨਾ ਦੂਜਾ। ਆਪਣਾ ਖੇਲ ਉਹਨੇ ਆਪ ਵਰਤਾਇਆ ਤੇ ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਜਿਹੜਾ ਕੁਛ ਕਰਨ
ਕਾਲ ਦੇ ਸਮਰੱਥ ਹੋਵੇ। ਇਸ ਕਰਕੇ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਤੇ ਵੀ ਕਹਿੰਦੇ ਨੇ ਸਗਲ ਸਮੱਗਰੀ ਜਾਕਾ ਤਨਾ, ਤਨਾ ਦਾ ਅਰਥ ਹੈ ਤਨ ਸਰੀਰ। ਆ ਜੋ ਕੁਝ ਸਾਨੂੰ ਦੁਨੀਆਂ ਦੇ ਅੰਦਰ ਨਜ਼ਰ ਆ ਰਿਹਾ ਹੈ ਨਾ, ਇਹ ਪਰਮਾਤਮਾ ਦਾ ਆਪਣਾ ਸਰੀਰ ਹੈ। ਇਹ ਸਭ ਕੁਛ ਦਿਸਦੇ ਦੇ ਅੰਦਰ ਪਰਮੇਸ਼ਰ ਆਪ ਵਸਿਆ ਹੋਇਆ ਹੈ। ਤੇ ਬੜੀ ਸੁੰਦਰ ਬਾਤ ਬਾਬਾ ਨਾਮਦੇਵ ਜੀ ਨੇ ਆਪਣੇ ਸ਼ਬਦਾਂ ਵਿੱਚ ਕਹੀ। ਉਹ ਕਹਿੰਦੇ ਨੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਇੱਕੋ ਪਰਮੇਸ਼ਰ ਹੈ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਸਮਾਇਆ ਹੋਇਆ। ਮੈਂ ਜਿੱਧਰ ਦੇਖਦਾ ਮੈਨੂੰ ਤੋਂ ਹੀ ਨਜ਼ਰ ਆਉਂਦਾ ਹੈ, ਉਹਦੇ ਬਿਨਾਂ ਤੇ ਕੋਈ ਹੋਰ ਹੈ ਹੀ ਨਹੀਂ। ਪਰ ਸਾਡੀ ਸਮੱਸਿਆ ਕੀ ਹੋਈ ਵੀ ਸਾਨੂੰ ਕਿਉਂ ਨਜ਼ਰ ਨਹੀਂ ਆਉਂਦਾ ਪਿਆ, ਸਾਨੂੰ ਨਜ਼ਰ ਕਿਉਂ ਨਹੀਂ ਆ ਰਿਹਾ? ਤੇ ਉਹ ਉਦਾਹਰਣ ਦੇ ਕੇ ਕਹਿੰਦੇ ਨੇ ਮਾਇਆ ਚਿੱਤਰ ਵਿਚਿੱਤਰ ਬੇਮੋਹਤ। ਮਾਇਆ ਰੂਪੀ ਚਿੱਤਰ, ਮਾਇਆ ਰੂਪੀ ਤਸਵੀਰ, ਮਾਇਆ ਵੀ ਭਾਵ ਆ ਜਿਹੜੀ ਕੁਦਰਤ ਹੈ। ਇਹਦਾ ਖੁਲਾਸਾ ਕਬੀਰ ਜੀ ਨੇ ਬੜਾ ਸੁੰਦਰ ਕੀਤਾ। ਕਹਿਣ ਲੱਗੇ ਚੱਚਾ ਰਚਿਤ ਚਿੱਤਰ ਹੈ ਭਾਰੀ, ਕਿਸੇ ਪੇਂਟਰ ਨੇ ਬੜੀ ਸੁੰਦਰ ਪੇਂਟਿੰਗ ਬਣਾਈ, ਬੜਾ ਵਧੀਆ ਉਹਨੇ ਇੱਕ ਤਸਵੀਰ ਬੜੀ ਸੁੰਦਰ ਉਹਨੇ ਬਹੁਤ ਵਧੀਆ ਸੋਹਣਾ ਚਿੱਤਰ ਬਣਾਇਆ। ਹੁਣ ਜੋ ਉਹਦੇ ਦਿਮਾਗ ਵਿੱਚ ਸੀ, ਜੋ ਉਹਦੇ ਅੰਦਰ ਖਿਆਲ ਆਏ, ਉਹਨੇ ਆਪਣਾ ਰੰਗ ਲਏ, ਕਲਰ ਲਏ ਅਤੇ ਬੁਰਸ਼ ਲਿਆ ਅਤੇ ਉਹਨੂੰ ਆਪਣੇ ਖਿਆਲ ਨੂੰ ਉਸ ਬੋਰਡ ਦੇ ਉੱਤੇ ਉਤਾਰ ਦਿੱਤਾ ਅਤੇ ਬੜੀ ਸੁੰਦਰ ਤਸਵੀਰ ਬਣ ਗਈ। ਇੰਨੀ ਸੁੰਦਰ ਤਸਵੀਰ ਬਣੀ ਕਿ ਲੋਕ ਉਹਨੂੰ ਵੇਖਣ ਜਾਣ ਲੱਗ ਪਏ। ਤਸਵੀਰ ਦੀ ਤਾਰੀਫ ਸਾਰੇ ਕਰੀ ਜਾ ਰਹੇ ਨੇ ਕਿ ਤਸਵੀਰ ਬੜੀ ਸੋਹਣੀ ਹੈ, ਬੜੀ ਖੂਬਸੂਰਤ ਹੈ, ਪਰ ਤਸਵੀਰ ਬਣਾਉਣ ਵਾਲਾ ਭੁੱਲ ਹੀ ਗਿਆ, ਤਸਵੀਰ ਬਣਾਉਣਾ ਵਿਸਰ ਗਿਆ। ਤਸਵੀਰ ਵਿੱਚ ਇੰਨੇ ਕੁ ਜ਼ਿਆਦਾ ਮਗਨ ਹੋ ਗਏ ਕਿ ਕਿਸੇ ਨੇ ਚੇਤਾ ਨਾ ਰਿਹਾ ਵੀ ਤਸਵੀਰ ਕਿੰਨੇ ਬਣਾਈ ਹੈ, ਤਸਵੀਰ ਬਣਾਉਣ ਵਾਲਾ ਕੌਣ ਹੈ। ਕਹਿਣ ਲੱਗੇ ਸਾਡੀ ਹਾਲਤ ਇਹੀ ਹੋਈ, ਪਰਮਾਤਮਾ ਨੇ ਦੁਨੀਆਂ ਬਣਾਈ ਸੀ। ਹਾਂ, ਇਹ ਗੱਲ ਵੱਖਰੀ ਕਿ ਦੁਨੀਆਂ ਵੀ ਤਸਵੀਰ ਬਣਾਉਣ ਵਾਲਾ, ਤਸਵੀਰ ਬਣਾ ਕੇ ਆਪ ਤਸਵੀਰ ਤੋਂ ਵੱਖਰਾ ਹੋ ਜਾਂਦਾ ਹੈ, ਪਰ ਪਰਮਾਤਮਾ ਨੇ ਜਿਹੜੀ ਦੁਨੀਆਂ ਰੂਪੀ ਤਸਵੀਰ ਬਣਾਈ ਉਹ ਵੱਖਰਾ ਨਹੀਂ ਹੋਇਆ ਬਲਕਿ ਇਹਦੇ ਵਿੱਚ ਸਮਾ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪਿੰਨੇ ਆਪ ਸਾਜਿਓ, ਆਪਿੰਨੇ ਰਚਿਓ ਨਾਉ, ਦੂਜੀ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਪਹਿਲਾਂ ਆਪਣੇ ਆਪ ਨੂੰ ਉਹਨੇ ਆਪ ਸਾਜਿਆ, ਸਾਹਿਬ ਭੰਗ ਜੀ ਨੂੰ ਆਖਿਆ ਆਪਣੇ ਆਪ ਨੂੰ ਆਪ ਸਾਜਿਆ। ਦੂਜੇ ਨੰਬਰ 'ਤੇ ਕਹਿਣ ਲੱਗੇ ਕੁਦਰਤ ਸਾਜੀ, ਅਤੇ ਜਿਵੇਂ ਮੈਂ ਬੇਨਤੀ ਕਰ ਰਿਹਾ ਸੀ ਕਈਆਂ ਨੇ ਕਿਹਾ ਵੀ ਕੁਦਰਤ ਸਾਜ ਕੇ ਜੀਵ ਜੰਤੂ ਬਣਾ ਕੇ ਆਪ
ਸੱਤਵੇਂ ਸਥਾਨ ਤੇ ਬੈਠ ਗਿਆ ਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਕੁਦਰਤ ਦੇ ਵਿੱਚ ਆਸਣ ਲਾ ਕੇ ਬੈਠਾ ਹੋਇਆ ਹੈ। ਕੁਦਰਤ ਦੇ ਵਿੱਚ ਹੀ ਪਰਮਾਤਮਾ ਆਪ ਸਮਾ ਗਿਆ। ਪਰਮਾਤਮਾ ਦਾ ਆਸਣ ਨਾ ਤੇ ਕਿਸੇ ਪਤਾਲ ਵਿੱਚ ਨਾ ਕਿਸੇ ਸਵਰਗ ਵਿੱਚ ਜਿਵੇਂ ਸਾਨੂੰ ਦਿਖਾਇਆ ਜਾਂਦਾ ਹੈ, ਕਿਉਂਕਿ ਅਸੀਂ ਜੋ ਕੁਝ ਵੇਖਿਆ ਕਿਸੇ ਦੇ ਮਾਇੰਡ ਵਿੱਚ ਜੋ ਆਇਆ ਪਹਿਲਾਂ ਕਿਸੇ ਵੀ ਕਿਸੇ ਕਹਾਣੀਆਂ ਦੇ ਰਾਹੀਂ ਰੱਬ ਨੂੰ ਬਿਆਨ ਕੀਤਾ ਜਾਂਦਾ ਸੀ, ਪਰਮਾਤਮਾ ਦੇ ਇੱਕ ਉਹਨੂੰ ਅਸਲ ਵਿੱਚ ਜਦੋਂ ਪਰਮਾਤਮਾ ਦੇ ਵਡਿਆਈਆਂ ਬਿਆਨ ਕੀਤੀਆਂ ਸਿਆਣਿਆਂ ਨੇ ਜਿਨ੍ਹਾਂ ਨੇ ਉਹਨੂੰ ਜਾਣਿਆ, ਕਹਿਣ ਲੱਗੇ ਪਰਮਾਤਮਾ ਇੱਕ ਰਾਜਾ ਹੈ, ਇੱਕ ਬਾਦਸ਼ਾਹ ਦੀ ਤਰ੍ਹਾਂ ਹੈ। ਕਹਿਣ ਤੋਂ ਭਾਵ ਸੀ ਪਰਮਾਤਮਾ ਦਾ ਹੁਕਮ ਸਾਰੇ ਪਾਸੇ ਚੱਲਦਾ ਜਿਵੇਂ ਇੱਕ ਰਾਜੇ ਦਾ ਚੱਲਦਾ। ਲੋਕਾਂ ਦੇ ਮਨ ਵਿੱਚ ਆਇਆ ਵੀ ਜਿਵੇਂ ਇੱਕ ਰਾਜੇ ਦਾ ਸਿੰਘਾਸਨ ਹੁੰਦਾ ਹੈ, ਉਵੇਂ ਰੱਬ ਦਾ ਵੀ ਸਿੰਘਾਸਨ ਹੋਵੇਗਾ। ਜਿਵੇਂ ਰਾਜੇ ਦਾ ਦਰਬਾਰ ਹੁੰਦਾ ਹੈ, ਪਰਮਾਤਮਾ ਦਾ ਵੀ ਦਰਬਾਰ ਹੋਵੇਗਾ। ਜਿਵੇਂ ਰਾਜੇ ਦੇ ਦਰਬਾਰੀ ਹੁੰਦੇ ਨੇ, ਉਵੇਂ ਰੱਬ ਦੇ ਦਰਬਾਰੀ ਵੀ ਹੋਣਗੇ। ਫਿਰ ਦਰਬਾਰੀ ਮਿੱਥਲੇ ਵੀ ਧਰਮ ਰਾਜ ਜੋ ਉਹਦੇ ਹੇਠਾਂ ਬੈਠਾ ਹੈ, ਉਹਦੇ ਹੇਠਾਂ ਫਿਰ ਚਿਤਰਗੁਪਤ ਬੈਠੇ ਨੇ, ਫਿਰ ਅੱਗੇ ਹੋਰ ਕਈ ਤਰ੍ਹਾਂ ਦੇ ਕਰਮਚਾਰੀ ਬੈਠੇ ਨੇ ਜਿਹੜੇ ਸਾਰੇ ਜੀਵਨ ਦਾ ਹਿਸਾਬ ਕਿਤਾਬ ਕਰਦੇ। ਤੁੱਤੇ ਸਿੰਘਾਸਨ ਉੱਤੇ ਰੱਬ ਬੈਠਾ ਹੈ। ਇਹ ਗੱਲਾਂ ਪਹਿਲਾਂ ਕਿਤਾਬਾਂ ਵਿੱਚ ਆਈਆਂ, ਫਿਰ ਤਸਵੀਰਾਂ ਦੇ ਰੂਪ ਦੇ ਵਿੱਚ ਆਈਆਂ, ਤੇ ਜਦੋਂ ਫਿਰ ਹੁਣ ਆਪ ਫਿਲਮਾਂ ਬਣ ਲੱਗੀਆਂ ਤੇ ਉਹਦੇ ਵਿੱਚ ਇਸ ਤਰ੍ਹਾਂ ਦਿਖਾਇਆ ਵੀ ਕਿਤੇ ਨਾ ਕਿਤੇ ਰੱਬ ਬੈਠਾ ਹੁੰਦਾ ਸਿੰਘਾਸਨ ਲਾ ਕੇ। ਪਰ ਗੁਰੂ ਸਾਹਿਬ ਕਹਿਣ ਲੱਗੇ ਰੱਬ ਦਾ ਸਿੰਘਾਸਨ ਕੋਈ ਵੱਖਰਾ ਨਹੀਂ ਹੈ, ਪਰਮਾਤਮਾ ਕੁਦਰਤ ਦੇ ਵਿੱਚ ਆਪ ਸਮਾਇਆ ਹੋਇਆ। ਸਮੁੱਚੀ ਕਾਇਨਾਤ, ਸਮੁੱਚੀ ਕੁਦਰਤ ਆ ਜਿਹੜੀ ਦੂਜੀ ਕੁਦਰਤ ਸਾਜੀ ਹੈ, ਤਾਂ ਹੀ ਤੇ ਆਖਿਆ ਬਲਹਾਰੀ ਕੁਦਰਤ ਵਸੀ ਹੈ ਤੇਰਾ ਅੰਤ ਨਾ ਜਾਈ ਲੱਗਿਆ। ਕਹਿਣ ਲੱਗੇ ਮੈਂ ਤੇਰੇ ਤੋਂ ਬਲਹਾਰ ਜਾਂਦਾ ਮੇਰੇ ਵਾਹਿਗੁਰੂ ਜੀ, ਤੂੰ ਕੁਦਰਤ ਦੇ ਵਿੱਚ ਹੀ ਨਿਵਾਸ ਕਰਨ ਵਾਲਾ, ਤੇ ਕੁਦਰਤ ਦੇ ਵਿੱਚ ਜਿੰਨੇ ਜੀਵ ਜੰਤੂ ਨੇ ਸਾਰਿਆਂ ਵਿੱਚ ਤੇਰਾ ਵਾਸਾ ਹੈ। ਕੋਈ ਜੀ ਵੀ ਜੀਵ ਤੇਰੇ ਤੋਂ ਵੱਖਰਾ ਨਹੀਂ। ਇਸ ਕਰਕੇ ਕਹਿਣ ਲੱਗੇ ਪਰਮਾਤਮਾ ਵਿਆਪਕ ਸੀ, ਪਰ ਅਸੀਂ ਕੀ ਕੀਤਾ, ਸਾਨੂੰ ਨਜ਼ਰ ਕਿਉਂ ਨਹੀਂ ਆਇਆ? ਅਸੀਂ ਤਸਵੀਰ ਵੱਲ ਵੇਖ ਕੇ ਪ੍ਰਸੰਨ ਹੋਣ ਲੱਗ ਪਏ। ਚੰਗੀ ਗੱਲ ਸੀ ਤਸਵੀਰ ਦੀ ਤਾਰੀਫ ਕਰਦੇ, ਚੰਗੀ ਗੱਲ ਸੀ ਦੁਨੀਆ ਖੂਬਸੂਰਤ ਲੱਗੇ, ਇਹਨੂੰ ਖੂਬਸੂਰਤ ਕਹਿੰਦੇ। ਪਰ ਜਿਸ ਨੇ ਖੂਬਸੂਰਤ ਬਣਾਈ ਉਹਨੂੰ ਭੁੱਲ ਗਏ, ਉਹਨੂੰ ਭੁੱਲ ਗਏ। ਇਸ ਕਰਕੇ ਗੁਰੂ ਸਾਹਿਬ ਨੇ ਕਿਰਪਾਲਤਾ ਕੀਤੀ, ਕਹਿਣ ਲੱਗੇ ਬਾਬਾ ਕਬੀਰ ਨਾਮ ਦੇ ਉੱਤੇ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਣ ਨਹੀਂ ਕੋਈ, ਗੁਰੂ ਤੇ ਬਿਣ ਤਾਂ ਦੂਜਾ ਹੈ ਹੀ ਕੋਈ ਨਹੀਂ। ਫਿਰ ਕਹਿਣ ਲੱਗੇ ਸੋਤ ਏਕ, ਵੇਖੋ ਕਿੰਨੀ ਸੁੰਦਰ ਉਦਾਹਰਣ ਦਿੱਤੀ।
ਅਸੀਂ ਮਾਲਾ ਦੇਖਦੇ ਹਾਂ ਨਾ, ਮਾਲਾ ਮਾਲਾ ਵਿੱਚ ਭਾਵੇਂ ਹਜ਼ਾਰਾਂ ਮਣਕੇ ਪਰੋ ਦਿੱਤੇ ਜਾਣ, ਹਰੇਕ ਮਣਕੇ ਦਾ ਰੰਗ ਅਲੱਗ ਅਲੱਗ ਹੋਵੇ, ਉਹਦਾ ਆਕਾਰ ਅਲੱਗ ਅਲੱਗ ਹੋਵੇ, ਕਿਸੇ ਦਾ ਆਕਾਰ ਛੋਟਾ ਹੋਵੇ, ਕਿਸੇ ਦਾ ਵੱਡਾ ਹੋਵੇ, ਕੋਈ ਨੀਲਾ ਕੋਈ ਪੀਲਾ, ਜਿਹੋ ਜਿਹੇ ਮਰਜ਼ੀ ਰੰਗ ਹੋਵੇ, ਹਜ਼ਾਰਾਂ ਮਣਕੇ ਹੋਣ, ਉਹ ਮਣਕੇ ਤੇ ਵੱਖਰੇ ਵੱਖਰੇ ਨਜ਼ਰ ਆਉਣਗੇ, ਪਰ ਉਹਨਾਂ ਦੇ ਵਿੱਚ ਜਿਹੜਾ ਸੂਤਰ ਪਰੋਇਆ ਹੋਇਆ ਨਾ, ਜਿਹੜਾ ਵਿੱਚ ਧਾਗਾ ਪਰੋਇਆ ਹੋਇਆ, ਉਹ ਵੱਖਰਾ ਨਹੀਂ, ਉਹ ਇੱਕ ਹੀ ਹੈ। ਕਹਿਣ ਲੱਗੇ ਅਜੀਬ ਰੂਪੀ ਸਾਨੂੰ ਮਣਕੇ ਨੇ ਇਹ ਜਿਹੜੇ ਲੋਕ ਸਾਨੂੰ ਜੀਵ ਜੰਤੂ ਨਜ਼ਰ ਆ ਰਹੇ ਨੇ, ਇਹ ਮਣਕਿਆਂ ਦੀ ਤਰ੍ਹਾਂ ਨੇ, ਪਰ ਇਹਨਾਂ ਦੇ ਵਿੱਚ ਜਿਹੜਾ ਸੂਤਰ ਹੈ ਨਾ, ਉਹ ਪਰਮਾਤਮਾ ਹੈ। ਇਹ ਸਰਗੁਣ ਜਿਹੜਾ ਨਜ਼ਰ ਆ ਰਿਹਾ ਹੈ ਨਾ, ਇਹ ਤਾਂ ਹੀ ਮਾਲਾ ਸੋਹਣੀ ਲੱਗ ਰਹੀ ਜੇ ਵਿੱਚ ਮਣਕੇ, ਜੇ ਮਾਲਾ ਧਾਗਾ ਟੁੱਟ ਗਿਆ ਨਾ, ਫਿਰ ਮਣਕੇ ਫਿਰ ਮਾਲਾ ਨਹੀਂ ਰਹੇਗੀ, ਫਿਰ ਬਿਖਰੇ ਮੋਤੀ ਬਣ ਜਾਣਗੇ। ਤੇ ਬਾਬਾ ਨਾਮਦੇਵ ਜੀ ਕਹਿੰਦੇ ਨੇ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਤੇ ਨਾਲ ਕਹਿੰਦੇ ਨੇ, ਜਲ ਤਰੰਗ ਕਰ ਫੇਣ ਬੁੱਧ ਬੁੱਧਾ, ਸਮੁੰਦਰ ਵੱਲ ਝਾਤ ਮਾਰੀ। ਤੇ ਕਹਿਣ ਲੱਗੇ, ਸਮੁੰਦਰ ਦੇ ਵਿੱਚ ਲਹਿਰਾਂ ਪੈਦਾ ਹੋਈਆਂ, ਸਮੁੰਦਰ ਵਿੱਚ ਲਹਿਰਾਂ ਪੈਦਾ ਹੋਈਆਂ, ਹੁਣ ਲਹਿਰਾਂ ਤੇ ਪਾਣੀ ਤੋਂ ਉਪਜੀਆਂ ਸਨ, ਕਿਸੇ ਲਹਿਰ ਦਾ ਆਕਾਰ ਛੋਟਾ ਹੈ, ਕਿਸੇ ਦਾ ਵੱਡਾ ਹੈ, ਕੋਈ ਕਿਸੇ ਸਪੀਡ ਨਾਲ ਚੱਲ ਰਹੀ, ਕੋਈ ਕਿਸੇ ਸਪੀਡ ਨਾਲ ਚੱਲ ਰਹੀ ਹੈ, ਉਹਦੇ ਨਾਲ ਫੇਨ ਝੱਗ ਪੈਦਾ ਹੋਈ, ਬੁਲਬੁਲੇ ਬਣੇ, ਹੁਣ ਕਿੰਨਾ ਕੁਝ ਬਣ ਗਿਆ ਇੱਕ ਪਾਣੀ ਦੇ ਵਿੱਚੋਂ, ਕੀ ਕੁਝ ਨਜ਼ਰ ਆਉਣ ਲੱਗ ਪਿਆ, ਉਹਦੇ ਵਿੱਚੋਂ ਬਦਲ ਬਣ ਗਿਆ। ਪਰ ਕਹਿਣ ਲੱਗੇ, ਸਾਰਾ ਕੁਛ ਬਣਿਆ ਕਿੱਥੋਂ? ਸਮੁੰਦਰ ਦੇ ਵਿੱਚ। ਇਸ ਕਰਕੇ ਕਹਿਣ ਲੱਗੇ, ਜਲ ਤਰੰਗ ਅਣ ਫੇਣ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਈ, ਜਲ ਤੋਂ ਵੱਖਰਾ ਨਹੀਂ ਹੈ, ਪਾਣੀ ਤੋਂ ਵੱਖਰਾ ਨਹੀਂ ਹੈ। ਇਸੇ ਤਰ੍ਹਾਂ ਜੋ ਸਾਨੂੰ ਸੰਸਾਰ ਸਰਗੁਣ ਰੂਪ ਦੇ ਵਿੱਚ ਨਜ਼ਰ ਆ ਰਿਹਾ ਹੈ ਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਪਰਮਾਤਮਾ ਤੋਂ ਵੱਖਰਾ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਤੋਂ ਕੁਝ ਵੀ ਵੱਖਰਾ ਨਹੀਂ। ਤਾਂ ਹੀ ਆਖਿਆ, ਸਭੇ ਘਟ ਰਾਮ ਬੋਲੇ, ਘਟ ਘਟ ਹੈ ਨਾ, ਅਗਮ ਅਗੋਚਰ ਦੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਕਹਿਣ ਲੱਗੇ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਸਾਰਿਆਂ ਵਿੱਚ ਪਰਮਾਤਮਾ ਸਮਾਇਆ ਹੋਇਆ। ਭਗਤ ਨਾਮਦੇਵ ਜੀ ਦੇ ਇੱਕ ਹੋਰ ਬੜਾ ਪਿਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਕਹਿਣ ਲੱਗੇ ਵੀ ਮੈਨੂੰ
ਕਿਸੇ ਨੇ ਇਹ ਆਖਿਆ ਵੀ ਤੂੰ ਨਾ ਰੱਬ ਜੀ ਦੀ ਪੂਜਾ ਕਰਨੀ ਹੈ, ਪਰਮਾਤਮਾ ਦੀ ਪੂਜਾ ਕਰਨੀ ਹੈ, ਤੇ ਪੂਜਾ ਕਰਨ ਵਾਸਤੇ ਨਾ ਪਹਿਲਾਂ ਤੈਨੂੰ ਸੁੱਚਾ ਪਵਿੱਤਰ ਜਲ ਕਿਸੇ ਨਦੀ ਵਿੱਚੋਂ ਭਰ ਕੇ ਲਿਆਉਣਾ ਪਏਗਾ। ਪਰ ਧਿਆਨ ਰੱਖੀ ਵੀ ਜਲ ਪਵਿੱਤਰ ਹੋਣਾ ਚਾਹੀਦਾ ਹੈ। ਉਹ ਜਲ ਲਿਆ ਕੇ ਪਹਿਲਾਂ ਠਾਕੁਰ ਜੀ ਦਾ ਇਸ਼ਨਾਨ ਕਰਵਾਉਣਾ, ਕਿਉਂਕਿ ਮੰਨ ਲਿਆ ਕਿ ਠਾਕੁਰ ਕਿਸੇ ਪੱਥਰ ਦੇ ਵਿੱਚ ਹੈ, ਆਪਣੇ ਆਪ ਘੜਿਆ ਤੇ ਇੱਕ ਪੱਥਰ ਨੂੰ ਰੱਬ ਮੰਨ ਲਿਆ ਕਿ ਪਰਮਾਤਮਾ, ਇਹ ਜਿਹੜਾ ਪੱਥਰ ਹੈ ਇਹ ਪਰਮਾਤਮਾ ਹੈ। ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਕੱਲ ਵੀ ਬੇਨਤੀ ਕੀਤੀ, ਸਥਾਪਿਆ ਨਾ ਜਾਏ ਕੀਰਤਨ ਨਾ ਹੋਏ, ਪਰ ਬੰਦੇ ਨੇ ਰੱਬ ਨੂੰ ਥਾਪ ਲਿਆ, ਘੜ ਲਿਆ, ਆਪਣੇ ਆਪ ਪੈਦਾ ਕਰ ਲਿਆ। ਤੇ ਭਗਤ ਨਾਮ ਦੇਵ ਕਹਿੰਦੇ ਨੇ ਉਸ ਘੜੇ ਹੋਏ ਰੱਬ ਨੂੰ ਕਿਸੇ ਨੇ ਮੈਨੂੰ ਆਖਿਆ, ਕਿਸੇ ਪੁਜਾਰੀ ਨੇ ਕਿਹਾ ਵੀ ਇਹ ਪਵਿੱਤਰ ਕਰਨਾ, ਪਹਿਲਾਂ ਠਾਕੁਰ ਜੀ ਦਾ ਇਸ਼ਨਾਨ ਕਰਾਉਣਾ ਹੈ ਤੇ ਸੁੱਚਾ ਜਲ ਪਾਣੀ ਦਾ ਘੜਾ ਭਰ ਕੇ ਲਿਆ ਤੇ ਜਲ ਪਵਿੱਤਰ ਹੋਣਾ ਚਾਹੀਦਾ ਹੈ। ਕਹਿਣ ਲੱਗੇ ਮੈਂ ਉਹਦੀ ਗੱਲ ਨੂੰ ਮੰਨ ਲਿਆ। ਵੇਖੋ ਕਿੰਨੇ ਸੁੰਦਰ ਢੰਗ ਦੇ ਨਾਲ, ਕਿੰਨੇ ਵਿਅੰਗਮਈ ਤਰੀਕੇ ਦੇ ਨਾਲ ਭਗਤ ਨਾਮਦੇਵ ਜੀ ਸਾਨੂੰ ਸੱਚ ਸਮਝਾਉਣਾ ਚਾਹੁੰਦੇ ਨੇ। ਕਹਿਣ ਲੱਗੇ ਆਨੀ ਲੈ ਕੁੰਭ, ਕੁੰਭ ਘੜਾ ਲੈ ਜਾਂਦਾ, ਭਰਾਈ ਲੈ ਉਦਕ, ਉਹਦੇ ਵਿੱਚ ਪਾਣੀ ਭਰ ਲਿਆ। ਕਾਹਦੇ ਵਾਸਤੇ? ਠਾਕੁਰ ਕੋ ਇਸ਼ਨਾਨ ਕਰੋ, ਤਾਂ ਕਿ ਠਾਕੁਰ ਜੀ ਦੇ ਇਸ਼ਨਾਨ ਕਰਾਇਆ ਜਾ ਸਕੇ। ਪਰ ਕਹਿੰਦੇ ਜਨਮ ਉੱਥੇ ਗਿਆ, ਪਾਣੀ ਭਰਨ ਲੱਗਿਆ ਤੇ ਮੈਨੂੰ ਵਿੱਚ ਮੱਛੀਆਂ ਨਜ਼ਰ ਆ ਗਈਆਂ, ਪਾਣੀ ਭਰਨ ਲੱਗਿਆ ਤੇ ਮੈਨੂੰ ਵਿੱਚ ਮੇਂਢਕ ਡੱਡੂ ਨਜ਼ਰ ਆ ਗਏ। ਇੱਥੋਂ ਤੱਕ ਜਦੋਂ ਮੈਂ ਕੁਝ ਗ੍ਰੰਥਾਂ ਦੀ ਖੋਜ ਕੀਤੀ ਤੇ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਵੀ 84 ਲੱਖ ਜੂਨਾਂ ਨੇ ਤੇ ਜਿਨ੍ਹਾਂ ਵਿੱਚੋਂ 42 ਲੱਖ ਅੱਧੀਆਂ ਜੂਨਾਂ ਤੇ ਪਾਣੀ ਵਿੱਚ ਰਹਿੰਦੀਆਂ ਨੇ। ਇਹ ਪ੍ਰਚਲਿਤ ਗੱਲ ਸੀ। ਗੁਰੂ ਸਾਹਿਬ ਨੇ ਇਹ ਵੀ ਨਹੀਂ ਮੰਨਿਆ ਕੇਵਲ 84 ਲੱਖ ਨੂੰ, ਕਹਿੰਦੇ ਕੇਚੀਆਂ ਖਾਣੀ, 4 ਖਾਣੀਆਂ ਮੰਨੀਆਂ ਗਈਆਂ ਸਨ। ਸਤਿਗੁਰ ਕਹਿੰਦੇ ਨੇ ਕੇਚੀਆਂ ਖਾਣੀ ਕੇਤੀਆਂ ਬਾਣੀ। ਪਰ ਚਲਤ ਗੱਲਾਂ ਦਾ ਜ਼ਿਕਰ ਸਤਿਗੁਰ ਨੇ ਸਾਨੂੰ ਸਮਝਾਉਣ ਵਾਸਤੇ ਕੀਤਾ, ਪਰ ਜਦੋਂ ਕਿਹਾ ਨਾ ਬੇਅੰਤ ਨਹੀਂ ਹੈ ਤੇ ਫਿਰ ਜੂਨਾਂ ਦਾ ਵੀ ਕੋਈ ਅੰਤ ਨਹੀਂ ਹੈ, ਇਹ ਵੀ ਨਹੀਂ ਮਿੱਥਿਆ ਜਾ ਸਕਦੀ ਹੈ ਵੀ 84 ਲੱਖ ਹੀ ਹੈਗੀਆਂ ਨੇ। ਜਦੋਂ ਅੰਤ ਹੀ ਨਹੀਂ ਹੈ ਤੇ ਫਿਰ ਹੈ ਹੀ ਨਹੀਂ, 84 ਤੋਂ ਵੱਧ ਵੀ ਹੋ ਸਕਦੇ ਨੇ, ਘੱਟ ਵੀ ਹੋ ਸਕਦੇ ਨੇ। ਇਸ ਗੱਲ 'ਤੇ ਬਹਿਸ ਹੀ ਕੋਈ ਨਹੀਂ ਕੀਤੀ। ਤਾਂ ਕਹਿਣ ਲੱਗੇ ਮੈਂ ਪੜ੍ਹਿਆ ਜਾਂ ਸੁਣਿਆ ਵੀ 42 ਲੱਖ ਜੀਵ ਤੇ ਜਲ ਵਿੱਚ ਬੈਠੇ ਨੇ ਤੇ ਕਹਿਣ ਲੱਗੇ 42 ਲੱਖ ਜੀ ਜਲ ਮੈਂ ਹੋਤੇ ਬਿਠਲ ਪਹਿਲਾ, ਬਿਠਲ ਦੱਸੇ ਰੱਬ। ਕਹਿਣ ਲੱਗੇ ਉਹਨਾਂ ਜੀਵਾਂ ਦੇ ਵਿੱਚ ਰੱਬ ਬੈਠਾ ਹੋਇਆ ਸੀ ਤੇ ਉੱਤੇ ਆਲਰੇਡੀ ਇਸ਼ਨਾਨ
ਕਰ ਰਿਹਾ ਹੈ ਉਹ ਆਪਣੇ ਆਪ ਉਹਨਾਂ ਜੀਵਾਂ ਦੇ ਵਿੱਚ ਜੀਵੰਤ ਰੂਪ ਵਿੱਚ ਪਰਮਾਤਮਾ ਆਪ ਗੰਗਾ ਵਿੱਚ ਨਹਾ ਰਿਹਾ ਹੈ ਤੇ ਮੈਂ ਗੰਗਾ ਵਿੱਚ ਜਲ ਭਰ ਕੇ ਕਿਸੇ ਪੱਥਰ ਨੂੰ ਆਖਿਆ ਮੈਂ ਰੱਬ ਨੂੰ ਇਸ਼ਨਾਨ ਕਰਵਾ ਰਿਹਾ